लोग सी आपां उह लड़ाई सवा साल पंजाब तो शुरू करके जित के मुड़े हैं। वो लड़ाई जो मुड़ के आए तो जिवें साडू पंजाब स्वागत किया गया तो लोगों की बहुत मंग साढ़े तो छावा कुछ बढ़ गई हैं। असी छोटी छोटी जथेबंदियां सी रल के उत्थे लड़े तो जिते जितों तो बाद जिवें उन्होंने साडा स्वागत किया उन्होंने छावा बढ़न तो बाद साढ़े तो बहुत प्रैशर पिया कैडर का भी तो कैडर तो बाद भी जिन्नी जथेबंदियां खड़ियां इन्हां दे कैडर तो बाद भी सानू पंजाब की एक मंग आई भी जे तुसीं ਉਹ ਮੋਰਚਾ ਜਿੱਤ ਸਕਦੇ ਹੋ ਤਾਂ ਆਪਣੇ ਪੰਜਾਬ ਨੂੰ ਸੁਧਾਰਨ ਵਾਸਤੇ ਵੀ ਕੁਝ ਕਰ ਸਕਦੇ ਹਾਂ ਤਾਂ ਤੁਹਾਡੇ ਪੰਜਾਬ ਦੇ ਆਂਦੀ ਹਰ ਵਰਗ ਦੀ ਮੰਗ ਤੇ ਕਿਉਂਕਿ ਜਥੇਬੰਦੀਆਂ ਕਿਸਾਨ ਸੀਗੀਆਂ ਕਿਸਾਨੀ ਜਥੇਬੰਦੀਆਂ ਸੀ ਇਹ ਅੰਦੋਲਨ ਕਿਸਾਨੀ ਜਥੇਬੰਦੀਆਂ ਨੇ ਸ਼ੁਰੂ ਕੀਤਾ ਪਰ ਇਹ ਜਨ ਅੰਦੋਲਨ ਬਣ ਗਿਆ ਸੀ ਤੇ ਅੱਜ ਜਨ ਦੀ ਆਵਾਜ਼ ਸੁਣਦੇ ਹੋਏ ਤੁਹਾਡੇ ਮੂਰੇ ਪੰਜਾਬ ਦੇ ਵਿੱਚ ਨਵਾਂ ਇੱਕ ਮੋਰਚਾ ਪੇਸ਼ ਕਰ ਰਹੇ ਹਾਂ ਜਿਹਦਾ ਨਾਮ ਸੰਯੁਕਤ ਸਮਾਜ ਮੋਰਚਾ ਤੇ ਹਰ ਵਰਗ ਉਹਦੇ ਵਿੱਚ ਆਪਦਾ ਹਿੱਸਾ ਪਾਊਗਾ ਅਸੀਂ ਉਹਦੇ ਮੋਹਰੀ ਜ਼ਰੂਰ ਹੋਵਾਂਗੇ ਟੋਟਲ ਸਾਡੇ ਕੋਲ ਇਸ ਟਾਈਮ ਮੌਜੂਦ ਇੱਥੇ 22 ਜਥੇਬੰਦੀਆਂ ਨੇ ਫੈਸਲਾ ਕੀਤਾ ਕਿਉਂਕਿ ਪਿਛਲੇ ਸਮੇਂ ਤੁਸੀਂ ਸਾਰਿਆਂ ਨੇ ਕਵਰ ਕੀਤਾ ਬਾਈ ਜਥੇਬੰਦੀਆਂ ਇੱਥੇ ਹਾਜ਼ਰ ਨੇ ਅਤੇ ਬਹਿਰੂ ਸਾਹਿਬ ਇੱਥੇ ਹਾਜ਼ਰ ਨਹੀਂ ਹੈ ਉਹਨਾਂ ਨੇ ਘਰ ਕੋਈ ਘਟਨਾ ਹੋ ਗਈ ਸੀ ਅਤੇ ਉਹ ਨਹੀਂ ਆਏ ਬਾਕੀ ਤੁਹਾਡੇ ਸਾਹਮਣੇ ਹਾਜ਼ਰ ਨੇ ਅਤੇ ਦੂਜੀਆਂ ਜਿਹੜੀਆਂ 3 ਜਥੇਬੰਦੀਆਂ ਸਾਡੇ ਨਾਲ ਸਹਿਮਤ ਨੇ ਉਹ ਅੱਜ ਮੀਟਿੰਗ ਕਰ ਰਹੀਆਂ ਨੇ ਉਹਨਾਂ ਦੇ ਕੁਛ ਕਨਸਟੀਟਿਊਸ਼ਨਲ ਅੜਕਣਾਂ ਨੇ ਜਿਹੜੀਆਂ ਉਹ ਕਹਿੰਦੇ ਸੀ ਉਹ ਕੱਢਣ ਤੋਂ ਬਾਅਦ ਤੁਹਾਡਾ ਇਹ ਸਾਥ ਦੇਵਾਂਗੇ ਮੇਨਲੀ ਉਹਨਾਂ ਬੀ ਕੇ ਯੂ ਟਕਾਉਂਦਾ ਜੀ ਬੀ ਕੇ ਯੂ ਲੱਖੋਵਾਲ ਨਹੀਂ ਲਤਾੜਾ ਦੂਜੀ ਮੇਜਰ ਪੁਨਾਵਾਲ ਮੇਜਰ ਪੁਨਾਵਾਲ 3 ਜਥੇਬੰਦੀਆਂ ਨੇ ਉਹ ਆਪਣਾ ਅੱਜ ਮੀਟਿੰਗ ਕਰ ਰਹੀਆਂ ਫੈਸਲੇ ਕਰ ਰਹੀਆਂ ਨੇ ਤੇ ਅਸੀਂ ਕਾਫੀ ਮੰਥਨ ਤੋਂ ਬਾਅਦ ਪੰਜਾਬ ਦੇ ਹੁੰਗਾਰੇ ਉੱਤੇ ਜਵਾਬ ਦੇਣ ਲਈ ਇਹ ਤੁਹਾਡੇ ਸਾਹਮਣੇ ਇੱਕ ਮੋਰਚਾ ਲਿਆਂਦਾ ਜਿਹੜਾ 117 ਸੀਟਾਂ ਲਈ 117 ਸੀਟਾਂ ਲਈ ਤਿਆਰ ਬਰ ਤਿਆਰ ਆ ਤੇ ਨਾਲ ਦੇ ਜਿਹੜੇ ਸਹਿਯੋਗੀ ਸਾਡੇ ਜਥੇਬੰਦੀਆਂ ਨੇ ਜਿਨ੍ਹਾਂ ਸਾਡੇ ਤੱਕ ਪਹੁੰਚ ਕੀਤੀ ਉਹਨਾਂ ਨੂੰ ਵੀ ਅਸੀਂ ਖੁੱਲ੍ਹਾ ਸੱਦਾ ਦਿੰਦੇ ਹਾਂ ਵੀ ਆਪਾਂ ਆਓ ਆਪਾਂ ਨਵਾਂ ਪੰਜਾਬ ਸਿਰਜੀਏ ਅਤੇ ਜਿਵੇਂ ਸਾਡੀ ਕਿਸਾਨ ਜਥੇਬੰਦੀਆਂ ਨੂੰ ਤੁਸੀਂ ਜਨ ਅੰਦੋਲਨ ਬਣਾ ਕੇ ਜਨ ਨੇ ਮਦਦ ਕੀਤੀ ਆ ਇਹ ਆਪ ਦਾ ਇੱਕ ਅੰਦੋਲਨ ਆ ਜਿਹੜਾ ਡੈਮੋਕਰੈਟਿਕ ਵੇ ਨਾਲ ਆਪਾਂ ਇਲੈਕਟ੍ਰੋਨਿਕ ਪੋਲਿਟਿਕਸ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਹਰੇਕ ਨੂੰ ਇਹ ਆਪਣੀ ਲੜਾਈ ਆਪ ਲੜਨੀ ਪਊਗੀ ਅਤੇ ਇਹਨਾਂ ਦਾ ਸਾਡੇ ਜਿਹੜੇ ਆਗੂ ਨੇ ਚਿਹਰਾ ਨੇ ਉਹ ਬਲਬੀਰ ਸਿੰਘ ਰਾਜੇਵਾਲ ਹੋਣਗੇ ਇਹ ਅਸੀਂ ਆਉਣ ਵਾਲੇ ਸਮੇਂ ਚ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਅਗਲੀ ਐਕਟੀਵਿਟੀ ਜਿਹੜੀ ਵੀ ਹੁੰਦੀ ਆ ਉਹ ਤੁਹਾਡੇ ਮੂਹਰੇ ਲਿਆਵਾਂਗੇ ਤੇ ਜਿੰਨਾ ਕੁ ਸਾਡਾ ਬੰਧਨ ਹੋਇਆ ਅੱਜ ਤੁਹਾਡੇ ਸਾਹਮਣੇ ਨਾਮ ਤੇ 117 ਸੀਟਾਂ ਦੀ ਤਿਆਰੀ ਤੇ ਸਾਡੇ ਆਗੂ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਦੇ ਪਹਿਲਾਂ ਕਰ ਲੈਣ ਦਿਓ ਕੁਐਸਚਨ ਬਾਤ ਕਰਿਓ ਤੁਸੀਂ ਬਲਦੇਵ ਹੋਣਾ ਬੋਲੋ ਸਾਡੀ ਅੱਜ ਪ੍ਰਧਾਨਗੀ ਮੀਟਿੰਗ ਦੀ ਨਿਹਾਲ ਸਿੰਘ ਨੇ ਕੀਤੀ ਸੀ ਨਿਹਾਲਗੜ ਨੇ ਕੀਤੀ ਬਲਦੇਵ ਸਿੰਘ ਨਿਹਾਲਗੜ ਨੇ ਉਹ ਤੁਹਾਡੇ ਮੂਹਰੇ ਪੇਸ਼ ਕਰਦੇ ਸਾਡੇ ਮੀਡੀਆ ਸਾਰੇ ਸਾਡੇ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਔਰ ਅੱਜ ਦੀ ਜਿਹੜੀ ਸਾਡੀ ਜਿਹੜੀ ਕਾਨਫਰੰਸ ਹੈ ਤੇ ਪੀਸੀ ਹੈ ਇਹ ਬੜੀ ਮਹੱਤਵਪੂਰਨ ਹੈ ਕਿਉਂਕਿ ਕਿਸਾਨ ਦੀਆਂ ਜੁਝਾਰੂ ਜਥੇਬੰਦੀਆਂ ਅੱਜ ਰਾਜਨੀਤੀ ਦੇ ਵਿੱਚ ਲੋਕਾਂ ਦੀਆਂ ਇਛਾਵਾਂ ਨੂੰ ਧਿਆਨ 'ਚ ਰੱਖਦਿਆਂ ਦਾਖਲ ਹੋ ਰਹੀਆਂ ਨੇ ਕਿਉਂਕਿ ਪੰਜਾਬ ਦੀਆਂ ਇਹਨਾਂ ਜਥੇਬੰਦੀਆਂ ਅਤੇ ਹੋਰ 32 ਜਥੇਬੰਦੀਆਂ ਦੀ ਅਗਵਾਈ 'ਚ ਦਿੱਲੀ ਦੇ ਵਿੱਚ ਛਾਤੀ ਡਾਹ ਕੇ ਮੋਰਚਾ ਜਿਹੜਾ ਇੱਕ ਲੜਿਆ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਔਰ ਪੰਜਾਬ ਦੇ ਲੋਕਾਂ ਨੇ ਵੱਡੀ ਆਸ ਜਿਹੜੀ ਸਾਡੀ ਇਹਨਾਂ ਜਥੇਬੰਦੀਆਂ 'ਤੇ ਕੀਤੀ ਸੀ ਉਹਨਾਂ ਨੂੰ ਧਿਆਨ 'ਚ ਰੱਖਦੇ ਉਹਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਸੀਂ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਇੱਥੇ ਦੇ ਜਿਹੜੇ ਲੋਕ ਨੇ ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਅੱਜ ਦੀਆਂ ਰਾਜਨੀਤਿਕ ਪਾਰਟੀਆਂ ਤੋਂ ਕੋਲ ਨਹੀਂ ਹੋ ਰਿਹਾ ਉਹਨਾਂ ਸਮੱਸਿਆਵਾਂ ਨੂੰ ਲੈ ਕੇ
ਭਾਵੇਂ ਉਹ ਚਿੱਟੇ ਦਾ ਮਸਲਾ ਹੋਵੇ, ਚਵੇਂ ਖਨਨ ਦਾ ਮਸਲਾ ਹੋਵੇ, ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਪੰਜਾਬ ਜੂਝ ਰਿਹਾ। ਉਹਨਾਂ ਦੇ ਸਮਾਧਾਨ ਦੇ ਵਾਸਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡਾ ਸਾਥ ਪਿਛਲੇ ਸਮੇਂ ਦੇ ਵਿੱਚ ਸਾਰੀ ਜਨਤਾ ਨੇ ਦਿੱਤਾ ਹੈ, ਉਹੀ ਆਸ ਦੇ ਨਾਲ, ਕਿਉਂਕਿ ਉਹਨਾਂ ਨੇ ਹੀ ਸਾਨੂੰ ਇੱਧਰ ਨੂੰ ਪ੍ਰੇਰਿਆ ਹੈ, ਇਸ ਲਈ ਉਹ ਰੱਖਦੇ ਹੋਏ ਅਸੀਂ ਅੱਜ ਦਾ ਜਿਹੜਾ ਹੈਗਾ ਸਿਆਸੀ ਮਾਹੌਲ ਦੇ ਵਿੱਚ ਕਦਮ ਰੱਖਣ ਚੱਲੇ ਹਾਂ। ਔਰ ਪੂਰਨ ਆਸ ਰੱਖਦੇ ਹਾਂ ਕਿ ਤੁਸੀਂ ਸਾਡੇ ਸਾਰੇ ਜਿਹੜੇ ਪੰਜਾਬ ਦੀ ਜਨਤਾ ਨੂੰ, ਹਰ ਵਰਗ ਦੀ ਜਨਤਾ ਨੂੰ ਅਸੀਂ ਇਹ ਵਿਸ਼ਵਾਸ ਵੀ ਦਿਵਾਉਣਾ ਚਾਹੁੰਦੇ ਹਾਂ ਕਿ ਉਹ ਜੋ ਸਾਡੇ 'ਤੇ ਭਰੋਸਾ ਕਰਨਗੇ, ਅਸੀਂ ਉਹ 'ਤੇ ਕਿਤੇ ਵੱਧ ਜਿਹੜਾ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਵੱਧ ਕੇ ਕੰਮ ਕਰਾਂਗੇ, ਤਾਂ ਕਿ ਪੰਜਾਬ ਨੂੰ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਬਾਹਰੋਂ ਜਾਣ ਤੋਂ ਔਰ ਨਸ਼ਿਆਂ ਤੋਂ। ਉਹ ਸਾਰੀਆਂ ਸਮੱਸਿਆਵਾਂ ਜਿਹੜੀਆਂ ਤਾਂ ਦੂਰ ਹੋਣਗੀਆਂ ਜੇ ਇੱਕ ਸਮਰੱਥ ਜਿਹੜੇ ਲੋਕ ਨੇ, ਜਿਹੜੇ ਸਾਰੇ ਲਾਲਚਾਂ ਤੋਂ ਪਰੇ ਨੇ, ਉਹ ਉਹਨਾਂ ਦਾ ਤੁਸੀਂ ਜਿਹੜਾ ਪਿਛਲੇ ਸਮੇਂ ਦਾ ਕੰਮ ਕਾਜ ਦੇਖਿਆ, ਉਹ ਇਸ ਮੋਰਚੇ ਦੇ ਵਿੱਚ ਸ਼ਾਮਿਲ ਨੇ। ਔਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓ ਔਰ ਇਹ ਮੋਰਚਾ ਤੁਹਾਡੀਆਂ ਇਛਾਵਾਂ ਪੂਰੀਆਂ ਕਰੇ। ਸੰਧੂ ਸਾਹਿਬ ਕਰਨਗੇ ਬੇਸ ਡੈਮੋਕ੍ਰੇਸੀ ਦਾ ਚੌਥਾ ਥੰਮ ਪ੍ਰੈਸ ਜਿਹੜੇ ਸਾਡੇ ਵਿੱਚ ਆਏ ਆ, ਤੁਸੀਂ ਸਾਡਾ ਬਹੁਤ ਸਾਥ ਦਿੱਤਾ ਮੋਰਚੇ ਦੌਰਾਨ, ਬਹੁਤ ਸਾਰੇ ਤੁਹਾਡੇ ਵਿੱਚੋਂ ਮੀਡੀਆ ਕਰਮਚਾਰੀ ਮੋਰਚੇ ਦੇ ਵਿੱਚ ਸ਼ਾਮਿਲ ਵੀ ਹੁੰਦੇ ਰਹੇ ਆ। ਜਿੱਥੇ ਆਪਣਾ ਕੰਮ ਮੀਡੀਆ ਦਾ ਕਰਦੇ ਸੀ ਉੱਥੇ ਨਾਲ ਸ਼ਮੂਲੀਅਤ ਵੀ ਸੀ ਇਹਨਾਂ ਦੀ। ਤੁਹਾਨੂੰ ਇੱਕ ਬੇਨਤੀ ਅਸੀਂ ਕਰਨੀ ਹੈ ਸਾਰੇ ਮੋਰਚੇ ਵੱਲੋਂ ਕਿ ਆਉਣ ਵਾਲੇ ਸਮੇਂ 'ਚ ਵੱਡੇ ਵੱਡੇ ਕਾਜ ਆ, ਜਿਹਨੇ ਕਰੋੜਾਂ ਅਰਬਾਂ ਰੁਪਏ ਖਰਚ ਕਰਨੇ ਆ, ਪੇਡ ਚੈਨਲ ਬਣ ਜਾਂਦੇ, ਕਈ ਪੇਡ ਅਖਬਾਰਾਂ ਬਣ ਜਾਂਦੀਆਂ, ਉਹਦੇ ਸਮੱਸਿਆ 'ਤੇ ਅਸੀਂ ਨਾ ਹੋਈਏ, ਮਦਦ ਸਾਡੀ ਬਹੁਤ ਹੋਣੀ ਆ, ਪਰ ਤੁਸੀਂ ਸਾਡਾ ਸਾਥ ਨਾ ਛੱਡਿਓ ਜਿਵੇਂ ਅੱਗੇ ਨਹੀਂ ਛੱਡਿਆ। ਪਹਿਲਾਂ ਪੰਜਾਬ ਜਿਹੜਾ ਇੱਕ ਨੰਬਰ ਸੀ 16ਵੇਂ ਨੰਬਰ ਚੱਲ ਗਿਆ, ਅਸੀਂ ਪੰਜਾਬ ਨੂੰ ਦੁਬਾਰਾ ਇੱਕ ਨੰਬਰ 'ਤੇ ਲਿਆਉਣਾ ਚਾਹੁੰਦੇ ਹਾਂ। ਸਾਡੀ ਪੰਜਾਬ ਦੀ ਜਵਾਨੀ ਵਿਦੇਸ਼ਾਂ 'ਚ ਨਾ ਰੋੜੇ, ਇੱਥੇ ਹੀ ਕਮਾਈ ਕਰਕੇ ਆਪਣੀ ਜੀਵਨ ਬਤੀਤ ਕਰਨ ਦੇ ਯੋਗ ਹੋ ਸਕੇ। ਵਾਰੀ ਵਾਰੀ ਆ ਕੇ ਲੋਕਾਂ ਨੂੰ ਤੁਸੀਂ ਸਭ ਤੋਂ ਵੱਧ ਜਾਣਦੇ ਹੋ, ਮੈਂ ਜ਼ਿਆਦਾ ਨਹੀਂ ਕਹਿਣਾ। ਤੁਹਾਡੇ ਸਾਹਮਣੇ ਅਸੀਂ ਉਹ ਚਿਹਰਾ ਪੇਸ਼ ਕਰ ਰਹੇ ਹਾਂ ਜਿਨ੍ਹਾਂ ਨੂੰ ਬੜੀ ਵਾਰੀ ਔਫਰਾਂ ਆਈਆਂ ਅਹੁਦਿਆਂ ਦੀਆਂ, ਔਰ ਅਹੁਦਿਆਂ ਨੂੰ ਪੂਰੀ ਤਰ੍ਹਾਂ ਠੁਕਰਾਇਆ ਇਹਨਾਂ ਨੇ। ਅੱਜ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਕੇ ਲਿਆਂਦਾ, ਇਹ ਕਹਿੰਦੇ ਸੀ ਵੀ ਇਹ ਕੰਮ ਤਾਂ ਮੈਂ ਕੀਤਾ ਨਹੀਂ ਕਦੀ, ਪਰ ਸਾਰੇ ਇਹਨਾਂ ਦੇ ਨਾਲ ਆ, ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਔਰ ਇਹਨਾਂ ਦੇ ਸਿਰ 'ਤੇ ਜ਼ਿੰਮੇਵਾਰੀ ਦੇ ਰਹੇ ਹਾਂ। ਔਰ ਆਸ ਆ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਇੱਕ ਨਵਾਂ ਅਤੇ ਖੁਸ਼ਹਾਲ ਪੰਜਾਬ ਬਣਾਉਣ ਵਿੱਚ ਰੋਲ ਅਦਾ ਕਰਾਂਗੇ। ਧੰਨਵਾਦ। ਬੇਨਤੀ ਇਹ ਹੈ ਭਾਈ, ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਾਰੀ ਗੱਲ ਲੋਕਾਂ ਵਿੱਚ ਲਿਜਾਣੀ ਹੈ, ਜਿਸ ਤਰ੍ਹਾਂ ਮੋਰਚਾ ਤੁਸੀਂ ਸਾਰੀ ਦੁਨੀਆ 'ਚ ਪ੍ਰਚਾਰ ਆ। ਅੱਜ ਪੰਜਾਬ ਜਿਸ ਅੱਧੋ ਗਤੀ ਵਿੱਚੋਂ ਗੁਜ਼ਰ ਰਿਹਾ ਹੈ, ਲੋਕਾਂ ਦੀ ਇਹ ਮੰਗ ਹੈ, ਬਹੁਤ ਪ੍ਰੈਸ਼ਰ ਹੈ, ਲੋਕੀ ਟੈਲੀਫੋਨ ਕਰ ਕਰਕੇ ਬੜਾ ਪਰੇਸ਼ਾਨ ਕਰਦੇ ਨੇ ਵੀ ਫੈਸਲਾ ਲਓ ਫੈਸਲਾ ਲਓ, ਤਾਂ ਸਾਰੀਆਂ ਜਥੇਬੰਦੀਆਂ ਨੇ ਮਿਲ ਕੇ ਅੱਜ ਇੱਥੇ ਫੈਸਲਾ ਕੀਤਾ ਵੀ ਅਸੀਂ ਇੱਕ ਪੋਲੀਟੀਕਲ ਬਦਲ ਦੇਣਾ, ਉਹਦਾ ਨਾਂ ਸੰਯੁਕਤ ਸਮਾਜ ਮੋਰਚਾ ਰੱਖਿਆ, ਜਿਹੜਾ ਸਾਰੇ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਲੜੂਗਾ। ਉਹਦੇ ਲਈ ਜਿਹੜੇ ਪੰਜਾਬ ਦੇ ਹਿਤੈਸ਼ੀ ਨੇ ਉਹਨਾਂ ਨਾਲ ਵੀ ਤਾਲਮੇਲ ਕਰਕੇ ਉਹਨਾਂ ਨੂੰ ਵੀ ਕਲਾ ਵਿੱਚ ਲਿਆ ਜਾਊਗਾ। ਤੋ ਲੋੜ ਅੱਜ ਇਹ ਹੈ ਸਾਨੂੰ ਸਾਰਿਆਂ ਨੂੰ ਮਿਲ ਕੇ ਪੰਜਾਬ ਦੀ ਜਿਹੜੀ ਕਾਇਆ ਕਲਪ ਕਰਨ ਦੀ, ਜਿਸ ਤਰ੍ਹਾਂ ਦਾ ਸਿਸਟਮ ਗੰਦਾ ਹੋ ਗਿਆ ਉਹਨੂੰ ਸੁਧਾਰਨ ਦੀ ਲੋੜ ਹੈ, ਬਹੁਤ ਸਾਰੀਆਂ ਪੰਜਾਬ ਦੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੀ ਲੋੜ ਹੈ। ਤੋ ਤੁਹਾਡਾ ਸਾਰਿਆਂ ਦਾ ਸਾਥ ਮੰਗਦੇ ਹਾਂ ਔਰ ਲੋਕਾਂ ਨੂੰ ਅਪੀਲ ਹੈ ਬਈ ਹੁਣ ਜਿਹੜੀ ਰਵਾਇਤੀ ਪੋਲੀਟੀਕਲ ਲੀਡਰਸ਼ਿਪ ਹੈ ਉਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ, ਸਾਰੇ ਆਪੋ ਆਪਣੇ ਪਿੰਡ ਵਿੱਚ ਮੋਰਚੇ ਨੂੰ ਆਪ ਸੰਭਾਲੋ, ਅਤੇ ਇਹਨੂੰ ਇਹ ਲੋਕਾਂ ਦੀ ਸਿਆਸੀ ਜਮਾਤ ਹੋਏਗੀ ਜਿਹਦੇ ਵਿੱਚ ਆਮ ਲੋਕਾਂ ਦੀ ਸ਼ਮੂਲੀਅਤ ਹੋਏਗੀ, ਕਿਸੇ ਵੱਡੇ ਧਨਾੜ ਦੀ ਨਹੀਂ, ਤੋ ਸਾਰੇ ਆਮ ਪਰਿਵਾਰਾਂ ਦੇ ਵਿੱਚੋਂ ਲੋਕ ਨੇ ਜਿਹੜੇ ਇਹਦੇ 'ਚ ਸ਼ਾਮਿਲ ਹੋਣਗੇ, ਅਤੇ ਮੈਂ ਸਮਝਦਾ ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਫਿਰ ਲਈ 'ਤੇ ਲੈ ਆਵਾਂਗੇ। ਪਹਿਲਾ ਫੈਸਲਾ ਆਪਣੇ ਥਾਂ ਠੀਕ ਸੀ, ਹੁਣ ਲੋੜ ਮੈਂ ਕਰ ਲਿਆ ਜਵਾਬ ਰੱਖਣਾ, ਥੋੜਾ ਜਿਹਾ ਸਬਰ ਰੱਖੋ। ਪਹਿਲਾ ਫੈਸਲਾ ਆਪਣੇ ਥਾਂ ਠੀਕ ਸੀ, ਅੱਜ ਲੋੜ ਅਨੁਸਾਰ ਇਸ ਫੈਸਲੇ ਦੀ ਜ਼ਰੂਰਤ ਸੀ, ਲੋਕਾਂ ਦਾ ਪ੍ਰੈਸ਼ਰ ਸੀ, ਅਸੀਂ ਤਾਂ ਫੈਸਲਾ ਉਹ ਮੀਡੀਆ ਚਰਚਾਵਾਂ ਨੇ।
नहीं कोई 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 गल नहीं अभी नहीं अज का क्वेश्चन नहीं अज ये मोर्चा फलोट किया 117 एक मिनट जो अस 117 सीटा का ऐलान करता ये सवाल ही नहीं बनता मोर्चा पहला तो एक समझ लो भी ए जेड़ा मोर्चा बनाया ए पॉलिटिकल पार्टी नहीं है मोर्चा इलेक्शन लड़ लई है मोर्चा बनाया क्योंकि असीं अलग अलग जथेबंदियां हैगियां ते मोर्चा थोड़े सामने जिहड़ा पुछिया गया सवाल आ वी इह रजिस्टर्ड है जां नहीं है हुण मैं तुहाडी वाली गल ते आउणा ओह इधर जवाब सीगा तुहाडे वाली गल इह आ वी ओह आपां गैर सियासी तौर ते लड़े सी आपां गैर सियासी तौर ते इत्थों गए कोई सियासत दे बंदे नूं आपां स्टेज ते नहीं चढ़ दित्ता क्योंकि आपां गैर सियासी तौर ते जित्ते तुसीं उहदा थोड़ा आंसर इह आ वी इस मोर्चे नूं जो जित्तण तों बाद असीं आए जिहड़े साडे नाल लोक जुड़े वह गैर सियासी तौर पर साढ़े जुड़े ने वह जो जाके पिंडा च गए तो वह कहते भी असं हूँ सवा साल की सारी सियासत छड़ के थोड़े मगर लग गए असी तो अपने चाचे ताया ने भी दुश्मनियां लै लिया असी कदे कोई प्रोग्राम नहीं सियासी होण दिता तो साढ़ू भी लड़ फड़ो ये डेमोक्रेटिक आप स्टेट च रहने डेमोक्रेसी को मनने वाले लोग आता वोट तो हरेक ने पानी है तो एक गुट बना के जरूर साढ़े मूहे पेश करो जिहड़ा आपां अगले पंजाब लई सुरजिया जा सके ਇਹ ਉਹਨਾਂ ਦੀਆਂ ਮਜਬੂਰੀਆਂ ਨੇ ਸਾਨੂੰ ਇੱਥੇ ਲੈ ਕੇ ਆਉਂਦਾ ਕਿਤੇ ਸਾਡਾ ਇਹ ਮੋਰਚਾ ਬਣਾਉਣ ਲਈ ਜਾਂ ਪੋਲੀਟੀਕਲ ਪਾਰਟੀ ਬਣਾਉਣ ਲਈ ਜਾਂ ਤਿਆਰੀ ਹੁੰਦੀ ਤਾਂ ਰਜਿਸਟਰਡ ਪਾਰਟੀ ਹੁੰਦੀ ਆਪਣੇ ਕੋਲ ਚੋਣ ਨਿਸ਼ਾਨ ਹੁੰਦੇ ਉਹੋ ਜਿਹੀ ਕੋਈ ਗੱਲ ਨਹੀਂ ਹਾਲੇ ਮੋਰਚਾ ਬਣਾ ਕੇ ਤੁਹਾਡੇ ਮੂਹਰੇ ਰੱਖਿਆ ਇੱਕ ਤਰ੍ਹਾਂ ਦੀ ਨਵੀਂ ਸਵੇਰ ਆ ਬਿਲਕੁਲ ਤੁਹਾਡੀ ਗੱਲ ਠੀਕ ਆ ਲੀਕ ਤੋਂ ਹਟ ਕੇ ਇੱਕ ਨਵੀਂ ਲੀਕ ਖਿੱਚ ਰਹੇ ਹਾਂ ਇਹ ਕਿਵੇਂ ਆਉਂਦੀ ਆ ਇਹ ਸਮਾਂ ਦੱਸੂਗਾ देखो एक सवाल एक जना पूछ लो यार एक जना एक सवाल पूछो ना एक जना इना सारी गल बड़े दा आंसर देके देना रमन जी दा आंसर देना तुसी आ क्वेश्चन पूछो जी देखो जिहड़ा संयुक्त मोर्चा आ उह भारत भर दा आ पंजाब दा नहीं किसी स्टेट दा नहीं संयुक्त मोर्चा नहीं सुनो वह गलत कहा शब्द वरते जिहड़ा संयुक्त मोर्चा आ 475 जथेबंदियां दा आ पंजाब दीआं 32 जथेबंदियां संयुक्त मोर्चा नहीं ते ना असीं संयुक्त मोर्चा ना वरत रहे तुहाडे सामने सवाल का जवाब दे रहे फिर बोलियो ये संयुक्त मोर्चे का ना असि नहीं वरत रहे एक ना बोलो बार बार ना बोलो पहला जवाब तो आओ असि जाना थोड़े जवाब देकर जावे एक मिनट आ जवाब सुन लो संयुक्त मोर्चा 475 जथेबंदियां का आ पंजाब दीआं 32 जथेबंदियां आ 22 थोड़े कोल बैठिया 3-3 दिन बाद होर आउणगियां ये थोड़े नाल वादा करदे आ और जिहड़े दूजे आ उह असीं कल मुल्लांपुर मीटिंग कीती आ उह साडा विरोध नहीं कर रहा है उह च पास होया सको कल दा प्रेस रोड अज वाला पढ़ लो उह च आ वी जिहड़ा इलैक्शन लड़ना चाहुंदा लड़े जिहड़ा नहीं चढ़ना चाहुंदा ना लड़े मोर्चा कायम रहेगा एक दूजे का कोई विरोध नहीं लंघ गया जी समा लंघ गया समा हुण इस पर बात की जाएगी अभी मोर्चा बनाकर आपको लॉन्च किया है हाँ जी रमन जी दसो एक मिनट रमन जी कर लो नहीं बिल्कुल कह रहे हो रमन जी एसकेएम दा क्वेश्चन आ अज असि मोर्चा लॉन्च कर रहे हैं एसकेएम च 750 जथेबंदियां हैगियां उन्होंने क्वेश्चन कर सकते नहीं वो गलत कह रहे नहीं कही नहीं एवं मुंह च पा रहे नहीं
नहीं मुंह च पा रहे हो, गलत पा रहे हो, मैं बिल्कुल कभी नहीं कहा। इतना अज असी नवा मोर्चा ऐलान किया, अगले फैसले फिर असी सारे समाज देखो थोड़े सामने समाज लिखता सारा समाज के वर्ग मोर्चा सैकुलर पहला धर्म तौर से जात तौर से बरादरी तौर से सारा कारोबारी तौर से यह आप किसान जथेबंदियां जरूर बना रही ने पर बहुत बड़े लैवल थोड़ू आने वाले समय के व्यापारी वर्ग दुकानदार वर्ग मजदूर वर्ग ट्रांसपोर्टर साढ़े जेडे एसोसीएशन पंचायत दिया जिहड़ियां एसोसीएशन ने वह सारिया थोड़े सामने आनगियां। यह सारिया वास्ते खुला सद्दा भी थोड़े पंजाब नूं सुधारन वास्ते एक मोर्चा बनिया इहदा साथ दिओ। हुण भी विरोध रहेगा हाथ उपर चको जी फोटो खिंचो चको थोड़ा हाथ उपर चको आप मोर्चा चुके हैं मोर्चे का ऐलान सी एसकेएम का ऐलान है साडे मुंह च ना पाओ एसकेएम का ऐलान है एसकेएम फैसला करूगा थोड़े मुड़े अज मोर्चा लेके आंदा हाले मोर्चा बनिया हाले आने वाले समय च अगले की कई कार्रवाई होगी तुम दसी जाओ आ फोटो खिचा लो पहले चलो चलो जथेबंदियां अपने थार ते ने मोर्चा नवा दिता नवे बच्चों वास्ते नहीं जो होएगा उदो सवाल करें जो सवाल होगा त्रुणी जी पाए आ जो अंदोलन होएगा उदो सवाल होए जो अंदोलन होगा थोड़े सामने जथेबंदी आ जाएगी नवा मोर्चा थोड़े सामने समाज मोर्चा कदिया जी सुनो प्रो पंजाब वाले मेरे वीर गल तो सुनो कल कल सुनो कल 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 मुल्लापुर मीटिंग हुई है मेरे वीर सुनो कल मुल्लापुर मीटिंग हुई है बत्तियां जथेबंदियां दी ओदे विच फैसला होया ए बेटा बेटा इदां ना करो पहले जवाब दे दियो बत्तियां ने फैसला कीता वे जेड़े इलेक्शन लड़ने चाहुंदे लड़न जेड़े नहीं लड़ने चाहुंदे ना लड़न मोर्चा इकट्ठा रहूगा बत्ती जथेबंदियां इकट्ठी रहनगियां। धन्यवाद जी थोड़ा बहुत 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 धन्यवाद।